أعوذ بالله من الشيطان الرجيم. بسم الله الرحمن الرحيم. اوئے ہواواں وگدیاں جی چنگی طرح دا وگنا چوکا دین والیاں دی زور نال تے ابھارن والیاں دی چک کے بدل پھر پڑھن والیاں دی ونڈ کے پھر دلاں وچ اللہ دی یاد پاندیاں دی آنا لان نو یا ڈران نو جس دا تانوں وعدہ ملدا ہے ضرور ہون والا ہے جد تارے میلے ہو جان گے جد آسمان پاٹ جائے گا جد پہاڑ اڑائے جان گے جد حاضری پیغمبراں دا وقت آ پہنچے گا کیڑے دن لئی دیر لائی جاندی ہے نتارے دے دن لئی تے کن دسیا تینوں کی ہے نتارے دا دن برا حال ہے اس دن چٹھانے والیاں دا پلا نہیں فنا کیتے اساں اگلے انہاں دے مگر لانے ہاں ہورناں نوں کیوں کرنے ہاں اسی ਪਾਪੀਆਂ ਨਾਲ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਭਲਾ ਨਹੀਂ ਬਣਾਇਆ ਅਸਾਂ ਤੁਹਾਨੂੰ ਇੱਕ ਪਾਣੀ ਬੇਕਦਰ ਤੋਂ ਇੱਕ ਮੁੱਦਤ ਮੁਕਰਰ ਤੀਕ ਰੱਖਿਆ ਅਸਾਂ ਉਸ ਨੂੰ ਇੱਕ ਮਹਿਫੂਜ਼ ਜਗ੍ਹਾ ਵਿੱਚ ਫਿਰ ਸਾਡਾ ਵਸ ਚੱਲਿਆ ਫਿਰ ਵਾਹ ਵਾਹ ਵਸ ਚੱਲਦੇ ਵਾਲੇ ਹਾਂ ਬੁਰਾ ਹਾਲ ਹੈ ਉਸ ਦਿਨ ਚੁਠਲਾਣ ਵਾਲਿਆਂ ਦਾ ਭਲਾ ਨਹੀਂ ਬਣਾਈ ਅਸਾਂ ਜ਼ਮੀਨ ਸਮੇਟਣ ਵਾਲੀ ਜਿਉਂਦਿਆਂ ਅਤੇ ਮੋਇਆਂ ਨੂੰ ਅਤੇ ਬਣਾ ਰੱਖੇ ਨਹੀਂ ਅਸਾਂ ਉਸ ਵਿੱਚ ਪਹਾੜ ਉੱਚੇ ਅਤੇ ਪਿਲਾਇਆ ਅਸਾਂ ਤੁਹਾਨੂੰ ਪਾਣੀ ਮਿੱਠਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਚਲੋ ਉਸ ਕਾਸੇ ਵੱਲ ਜਿਸ ਨੂੰ ਚੁਠਲਾਉਂਦੇ ਹੁੰਦੇ ਸੌ ਚਲੋ ਤਿੰਨ ਫਾਂਗ ਵਾਲੀ ਛਾਂ ਵੱਲ ਯਾਨੀ ਦੋਜ਼ਖ ਦੇ ਧੂੰ ਵੱਲ ਨਾ ਉਹ ਸੰਘਣੀ ਅਤੇ ਨਾ ਹਟਾਏ ਕੁਝ ਤਾ ਉਹ ਜ਼ਰੂਰ ਉਡਾਉਂਦੀ ਹੈ ਚਿੰਗਿਆੜੇ ਮਹੱਲ ਜਿੱਡੇ ਜਿਉਂ ਉਹ ਊਠ ਨੇ ਪੀਲੇ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਇਹ ਉਹ ਦਿਨ ਹੈ ਜੋ ਨਾ ਬੋਲਣਗੇ ਅਤੇ ਨਾ ਹੁਕਮ ਮਿਲੇਗਾ ਉਹਨਾਂ ਨੂੰ ਤਾਂ ਉਜ਼ਰ ਕਰ ਲੈਣ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਇਹ ਦਿਨ ਹੈ ਨਿਤਾਰੇ ਦਾ ਇਕੱਠਿਆਂ ਕੀਤਾ ਅਸਾਂ ਤੁਹਾਨੂੰ ਅਤੇ ਅਗਲਿਆਂ ਨੂੰ ਫਿਰ ਜੇ ਹੈ ਤੁਹਾਡਾ ਕੋਈ ਦਾ ਤਾਂ ਦਾ ਲਾ ਲਓ ਮੈਨੂੰ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਬਚ ਕੇ ਤੁਰਨ ਵਾਲੇ ਜ਼ਰੂਰ ਛਾਵਾਂ ਅਤੇ ਚਸ਼ਮਿਆਂ ਵਿੱਚ ਨੇ ਅਤੇ ਮੇਵਿਆਂ ਵਿੱਚ ਜਿਸ ਤਰ੍ਹਾਂ ਦਾ ਜੀ ਚਾਹੁੰਦੇ ਆਓ ਅਤੇ ਪੀਓ ਸੁਖੱਲਾ ਸੰਘੋ ਲੰਘਦਾ ਬਦਲੇ ਉਸ ਦੇ ਜੋ ਕਰਦੇ ਸਾਓ ਅਸੀਂ ਇਸੇ ਤਰ੍ਹਾਂ ਬਦਲਾ ਦਿੰਦੇ ਹਾਂ ਨੇਕੀ ਵਾਲਿਆਂ ਨੂੰ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਹਾਲ ਹੋ ਅਤੇ ਵਰਤ ਲਓ ਥੋੜ੍ਹੇ ਦਿਨ ਤੁਸੀਂ ਜ਼ਰੂਰ ਪਾਪੀ ਹੋ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਅਤੇ ਜੇ ਆਖੀਏ ਉਹਨਾਂ ਨੂੰ ਰੁਕੂ ਕਰੋ ਤਾਂ ਰੁਕੂ ਨਹੀਂ ਕਰਦੇ ਬੁਰਾ ਹਾਲ ਹੈ ਉਸ ਦਿਨ ਚੁਠਲਾਣੇ ਵਾਲਿਆਂ ਦਾ ਹੁਣ ਕਿਹੜੀ ਕਲਾਮ ਇਸ ਕੁਰਾਨ ਦੇ ਪਿੱਛੋਂ ਮੰਨਣਗੇ